हेलो हेलो। हाँ जी, नहीं कोई नहीं कोई नहीं, जे तुम आखोगे तो मैं चंडीगढ़ शिफ्ट हो जाना हूँ। शिफ्ट ठीक कोई गल नहीं, है, ठीक शिफ्ट पाई जाओ। शिफ्ट जे तुम आखो तो मैं चंडीगढ़ शिफ्ट हो जाना हूँ। कर लिया मगर इदा करना, वीर जी ना गल करना। बैठा लवली, गए नहीं अज बंबी ते? हाँ नहीं है की गल हो गई है, की गल हो गई है। दो चलो जी, चांस देने तेन, होर नहीं तो भाभी नहीं थे ना सदना। एक बारी वीडियो बना लेनी उन्हें। मैंने की कहनी हाँ कोई नहीं, मैं करके ना गल तो तुम दसना। ठीक है या कर गल। होर को कहना, चलो मैं रुपिंदर पुछ के फिर दसना था। उदों के काम सारे सीधे होन डे। चल ये भी पहले 10,000 तो लगे, हूँ हाँ जी नौकरी मिल गई है, हूँ वध गई है तनख्वाह, वध गई। वध गई। मैं तो ये समझना वा कि रीढ़ मंदे सारे। चलो वो मैं तो ये सोचना वा भी तेरे करके सारा कुछ होन डिया वा। आड़ इतने मैं दो दो ढाई ढाई लाख का इना समान लिया, इना महंगा ओरी तो मालकण बन जाता माँ सारी। जड़ा मैं इतने दो दो ढाई ढाई लाख का समान लिया के रखिया वा। ਹੋਰ ਲਵਲੀ ਦਾ ਕੀ ਹਾਲ ਆ? हाँ जी अम्मी जी, इन्हों का वधिया। ठीक ਜੇਠ-ਜੇਠਾਣੀ ਠੀਕ ਆ? ਇੱਕ ਮਿੰਟ 2 1। ਹਾਂ ਰੁਪਿੰਦਰ, ਜੇਠ-ਜੇਠਾਣੀ ਦਾ ਕੀ ਹਾਲ ਚਾਲ? 2 1। ਕਰੋ ਆਂਟੀ ਹਰੂ। ਹਾਂ ਹਾਂ ਚਲੋ ਚਲੋ, ਇੱਕ ਮਿੰਟ। ਜੇ ਤੂੰ ਕਹਿ ਵੀ ਜਾ ਕੇ ਥਾਂ ਟਿਕਾਣਾ ਤੇ ਵੇਖੋ, ਉਹੀ ਇਹਦੇ ਨਾ। ਰਹਿਣ ਵਾਲਾ ਹੈਗਾ ਵੀ ਆ ਉੱਥੇ। ਹਾਂ ਜੀ ਹਾਂ ਜੀ, ਮੈਂ ਚਲੋ ਕੋਈ ਨਹੀਂ ਦੱਸਦੇ ਰਹਿ ਗਏ ਆ ਉਹ, ਤੇ ਕੋਈ ਗੱਲ ਨਹੀਂ ਫਿਰ ਲੱਗ ਜੂਗਾ। ਇਹ ਕਹਾ ਕਿੱਧਰ ਨੂੰ ਤੁਰੇ ਜਾਂਦੇ ਆ? ਮੰਮੀ ਜੀ, ਮੈਂ ਤਾਂ ਹਾਲੇ ਇਹਨੂੰ ਇਹੋ ਆਖਿਆ ਵਾ। ਮੈਂ ਸਾਰੇ ਨਿਬੇੜ ਲਏ ਸੀਗੇ ਤੇ ਮੈਂ ਕਿਹਾ ਚੱਲ ਤਿਆਰ ਹੋ ਜਾਣਾ, ਕਿਤੇ ਪਿੰਡ ਜਾਣਾ ਪੈਂਦਾ ਕੰਮ ਕੋਈ। ਆਹੋ ਕੰਮ ਤੇ ਤੈਨੂੰ ਬੜੇ ਆ, ਨਾਲੇ ਸੁਣ ਰੁਪਿੰਦਰ ਦਾ ਆਇਆ ਸੀ ਫੋਨ, ਕਿੱਦਾਂ ਕੰਮ ਚੱਲੂਗਾ। ਨਾਲੇ ਦੂਜੀ ਗੱਲ ਮੇਰੀ ਇੱਕ ਹੋਰ ਸੁਣ ਲਾ। ਇੱਥੇ ਕੱਟ ਲਈ, ਇੱਥੇ ਆਇਓ ਮਗਲ ਵਾਰ। ਕੀ ਰਿਹਾ ਬਸ? ਹਾਂ ਜੀ, ਤਾਂ ਜੀ ਦੀਦੀ ਮੈਂ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਤੁਹਾਨੂੰ। ਚਲੋ ਕੋਈ ਗੱਲ ਨਹੀਂ, ਘੁੰਮਣਾ ਫਿਰਨਾ ਤੇ ਹੁੰਦਾ ਹੀ ਹੈ ਫਿਰ। ਮੈਂ ਜਦੋਂ ਦੀ ਵੀ ਸੱਚੀ ਦੀਦੀ, ਜਦੋਂ ਦੀ ਮੈਂ ਘਰ ਦੇ ਵਿੱਚ ਆਈ ਹਾਂ ਨਾ, ਮੈਨੂੰ ਤਾਂ ਸ਼ੁਰੂ ਕਰ ਲਵੇ ਕੰਮ। ਹਾਂਜੀ ਆ ਜਾਓ। ਤੇ ਮੈਂ ਕਹਿੰਦਾ ਆਇਆ ਸੀ। ਹਾਂਜੀ ਲਵਲੀ, ਨੌਕਰੀ ਮਿਲ ਗਈ ਆ। ਚੱਲ ਚੌਲ ਬਣ ਗਿਆ, ਦਾਲ ਵੀ ਬਣੀ ਆ, ਫੁਲਕੇ ਬਾਅਦ ਚ ਬਣਾ ਲੈਣੀ ਆ। ਸਰੀਪ ਕੀ ਕਰੀ ਜਾਂਦੀ ਆ? ਚਲੋ ਚੌਲ ਬਣ ਗਿਆ, ਦਾਲ ਵੀ ਬਣੀ ਆ, ਫੁਲਕੇ ਬਾਅਦ ਚ ਬਣਾ ਲੈਣੀ ਆ। ਸਰੀਪ ਕੀ ਕਰਦੇ? ਲਵਲੀ ਨੌਕਰੀ ਮਿਲ ਗਈ ਆ। ਚੱਲ ਬੜੀ ਵਧੀਆ ਗੱਲ ਹੈ ਤੇ। ਤੁਸੀਂ ਕਹਿਣਾ ਸੀ ਕਿ ਮੈਂ ਸੋਚਣ ਡਿਆ ਕਿ ਨਾਲ ਵੀ ਚੱਲ ਜੇ ਰੁਪਿੰਦਰ। ਇੱਥੋਂ ਹੀ ਕਰ ਲਓ, ਇੱਥੇ ਚੌਲ ਬਣ ਗਿਆ, ਦਾਲ ਵੀ ਬਣੀ ਆ। ਕੋਈ ਗੱਲ ਨਹੀਂ, ਮੈਂ ਰੁਪਿੰਦਰ ਨਾਲ ਗੱਲ ਕਰਦੀ ਹਾਂ। ਅਤੇ ਉਹ ਸੋਚ ਉਹ ਕਹਿਣ ਡਿਆ ਸੀ ਸੋਚਣ ਡਿਆ ਇੱਕ ਮਿੰਟ, ਚਲੋ ਇੱਕ ਮਿੰਟ ਲੱਗ। ਉਹ ਕਹਿ ਲਵਲੀ ਕਹਿਣ ਡਿਆ ਸੀ ਕਿ ਮੈਂ ਪਹਿਲਾਂ ਚੱਲ ਜਾਂਦਾ ਇੱਕ ਹਫ਼ਤਾ। ਇਹ ਚੱਲ ਜ਼ਿੰਮੇਵਾਰੀਆਂ ਸਿਰ 'ਤੇ ਇੱਕ ਵਾਰੀ ਪੈ ਜਾਣ, ਫਿਰ ਬਾਅਦ 'ਚ ਨਹੀਂ ਹਟਦੀਆਂ ਹੁੰਦੀਆਂ। ਚੱਲ ਚੱਲ, ਇਹ ਤਾਂ ਬੜੀ ਵਧੀਆ ਗੱਲ ਵਾ, ਖੁਸ਼ੀ ਵਾਲੀ ਹੈ ਗੱਲ ਕਿ ਚੱਲ ਨੌਕਰੀ ਮਿਲ ਗਈ ਲਵਲੀ ਨੂੰ। ਚੱਲ ਰੁਪਿੰਦਰ ਨੂੰ ਵੀ ਨਾਲ,
ਚੱਲ ਵਧੀਆ ਗੱਲ ਆ, ਲਵਲੀ ਨੂੰ ਨੌਕਰੀ ਮਿਲ ਗਈ ਆ, ਰੁਪਿੰਦਰ ਵੀ ਨਾਲ ਚੱਲ। ਲੈ ਤੁਸੀਂ ਆ ਹੀ ਗਏ ਜੇ, ਮੈਂ ਤੁਹਾਨੂੰ ਚੱਲੀ ਵੇਖਣ ਕੀ ਕਰਨ ਡੇ ਉੱਥੇ ਅੜ ਕੇ ਐ ਕਰਦੇ ਆਉਂਦੇ ਆ। ਕਿਦਾਂ ਕਿਦਾਂ ਮੈਂ ਨਹੀਂ ਕਿਦਾਂ ਮੈਨੂੰ ਇਹੀ ਚੱਲ ਠੀਕ ਆ, ਚੰਗਾ ਪੁੱਤ ਤੇਰੇ ਡੈਡੀ ਨੂੰ ਦੱਸਦੀ ਆ ਮੈਂ, ਵੇਖ ਨਾਲ ਕੀ ਕਰਨ ਜਾਣਾ ਵਾ। ਜੇ ਅਸੀਂ ਇਹ ਗੱਲ ਕਵਾਂਗੇ ਉਹਦਾ ਜੇਠ ਜਠਾਣੀ ਕੀ। ਹੈਲੋ 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 ਹਾਂਜੀ, ਨਹੀਂ ਕੋਈ ਨਹੀਂ ਕੋਈ ਨਹੀਂ, ਜੇ ਤੁਸੀਂ ਆਖੋਗੇ ਤਾਂ ਮੈਂ ਚੰਡੀਗੜ੍ਹ ਸ਼ਿਫਟ ਹੋ ਜਾਣਾ ਵਾਂ। ਸ਼ਿਫਟ ਠੀਕ ਜੀ, ਸ਼ਿਫਟ ਜੇ ਤੁਸੀਂ ਆਖੋ ਤਾਂ ਮੈਂ ਚੰਡੀਗੜ੍ਹ ਸ਼ਿਫਟ ਹੋ ਜਾਣਾ ਵਾਂ। ਕੱਲਿਆ ਮਰ ਇੱਦਾਂ ਕਰਨਾ ਵਾ, ਵੀਰ ਜੀ ਨਾਲ ਗੱਲ ਕਰਨਾ ਵਾ। ਦੇਖਾ ਲਵਲੀ ਗਏ ਨਹੀਂ ਅੱਜ ਪੰਬੀ 'ਤੇ? ਨਹੀਂ ਇਹ ਚਲੋ ਮੈਂ ਰੁਪਿੰਦਰ ਨੂੰ ਪੁੱਛ ਕੇ ਫਿਰ ਦੱਸਣਾ ਤਾਂ, ਉਦੋਂ ਦੇ ਕੰਮ ਸਾਰੇ ਸਿੱਧੇ ਹੋਣ ਡੇ। ਚੱਲ ਇਹ ਆ ਵੀ ਪਹਿਲਾਂ 10,000 ਤੇ ਲੱਗੇ ਸੀ, ਹੁਣ ਨੌਕਰੀ ਮਿਲ ਗਈ ਆ, ਹੁਣ ਵੱਧ ਗਈ ਆ ਤਨਖਾਹ, ਵੱਧ ਗਈ। ਮੈਂ ਤੇ ਇਹ ਸਮਝਣਾ ਵਾ ਉਹ, ਮੈਂ ਤੇ ਇਹ ਸੋਚਣਾ ਵਾ ਕਿ ਤੇਰੇ ਕਰਕੇ ਸਾਰਾ ਕੁਝ ਹੋਣ ਡਿਆ ਵਾ। ਤੇ ਆੜ ਇੱਥੇ ਮੈਂ 2-2.5 ਲੱਖ ਦਾ ਇੰਨਾ ਸਮਾਨ ਲਿਆਂਦਾ, ਇੰਨਾ ਮਹਿੰਗਾ, ਉਹਦੀ ਤਾਂ ਮਾਲਕਣ ਬਣ ਜਾਂਦਾ ਸਾਰੀ। ਜਿਹੜਾ ਮੈਂ ਇੱਥੇ 2-2.5 ਲੱਖ ਦਾ ਸਮਾਨ ਲਿਆ ਕੇ ਰੱਖਿਆ ਵਾ। ਹੋਰ ਲਵਲੀ ਦਾ ਕੀ ਹਾਲ ਆ? ਹਾਂਜੀ ਅੰਮੀ ਜੀ, ਇਹਨਾਂ ਦਾ ਵਧੀਆ। ਕੋਈ ਨੀ ਦੱਸ ਦਿਨ ਰਹਿ ਗਈ ਆ ਉਹ, ਤੇ ਕੋਈ ਗੱਲ ਨੀ ਫਿਰ ਲੱਗ ਜੂਗਾ। ਕਿਧਰ ਨੂੰ ਤੁਰੇ ਜਾਂਦੇ ਆ? ਮੰਮੀ ਜੀ ਮੈਂ ਤਾਂ ਹਾਲੇ ਉਹਨੂੰ ਇਹੋ ਆਖਿਆ ਵਾ। ਮੈਂ ਸਾਰੇ ਨਿਬੇੜ ਲਏ ਸੀਗੇ ਤੇ ਮੈਂ ਕਿਹਾ ਚੱਲ ਤਿਆਰ ਹੋ ਜਾਣਾ, ਕਿਤੇ ਪਿੰਡ ਹੀ ਜਾਣਾ ਪੈਂਦਾ ਕੰਮ ਕੋਈ। ਆਹੋ ਕੰਮ ਤੇ ਤੈਨੂੰ ਬੜੇ ਆ, ਨਾਲੇ ਸੁਣ ਰੁਪਿੰਦਰ ਦਾ ਆਇਆ ਸੀ ਫੋਨ, ਕਿੱਦਾਂ ਕੰਮ ਚੱਲੂਗਾ? ਨਾਲੇ ਦੂਜੀ ਗੱਲ ਮੇਰੀ ਇੱਕ ਹੋਰ ਸੁਣ ਲਾ। ਇੱਥੇ ਕੱਢਣਾ, ਇੱਥੇ ਆਇਓ ਮਤਲਬ ਕਿ ਰਿਹਾ ਬਸ। ਹਾਂਜੀ ਤਾਂ ਜੀ ਦੀਦੀ ਮੈਂ ਛੱਡ ਕੇ ਜਾਣ ਨੂੰ ਦਿਲ ਨਹੀਂ ਕਰਦਾ ਤੁਹਾਨੂੰ। ਚਲੋ ਕੋਈ ਗੱਲ ਨਹੀਂ, ਘੁੰਮਣਾ ਫਿਰਨਾ ਤੇ ਹੁੰਦਾ ਹੀ ਹੈ। ਮੈਂ ਜਦੋਂ ਦੀ ਵੀ ਸੱਚੀ ਦੀਦੀ ਜਦੋਂ ਦੀ ਮੈਂ ਘਰ ਦੇ ਵਿੱਚ ਆਈ ਆ ਨਾ, ਮੈਨੂੰ ਚੱਲ ਚੌਲ ਬਣ ਗਏ ਆ, ਦਾਲ ਵੀ ਬਣੀ ਆ, ਫੁਲਕੇ ਬਾਅਦ ਚ ਬਣਾ ਲੈਣੀ ਆਂ। ਚਲੋ ਚੌਲ ਬਣ ਗਏ ਆ, ਦਾਲ ਵੀ ਬਣੀ ਆ, ਫੁਲਕੇ ਬਾਅਦ ਚ ਬਣਾ ਲੈਣੀ ਆਂ। ਸੁਨੀਲ ਕੀ ਕਰਦੇ? ਲਵਲੀ ਨੌਕਰੀ ਮਿਲ ਗਈ ਆ। ਚੱਲ ਬੜੀ ਵਧੀਆ ਗੱਲ ਏ ਤੇ। ਤੁਸੀਂ ਕਹਿਣਾ ਸੀ ਕਿ ਮੈਂ ਸੋਚਣ ਡਿਆ ਕਿ ਨਾਲ ਵੀ ਚੱਲ ਜੇ ਰੁਪਿੰਦਰ। ਇੱਥੇ ਹੀ ਕਰ ਲਓ, ਇੱਥੇ। ਚੌਲ ਬਣ ਗਏ ਆ, ਦਾਲ ਵੀ ਬਣੀ ਆ, ਕੋਈ ਗੱਲ ਨੀ ਮੈਂ ਰੁਪਿੰਦਰ ਨਾਲ ਗੱਲ ਕਰਦੀ ਆ।
ਤੇ ਉਹ ਸੋਚ ਉਹ ਕਹਿਣ ਡਿਆ ਸੋਚਣ ਡਿਆ ਇੱਕ ਵਾਰ ਚਲੋ ਇੱਕ ਮਿੰਟ ਉਹ ਕਹਿ ਲਵਲੀ ਕਹਿਣ ਡਿਆ ਸੀ ਹਾਂਜੀ ਕਿਵੇਂ ਪਹਿਲਾਂ ਚੱਲ ਜਾਂਦਾ ਇੱਕ ਹਫ਼ਤਾ ਇਹ ਚੱਲ ਜ਼ਿੰਮੇਵਾਰੀਆਂ ਸਿਰ 'ਤੇ ਇੱਕ ਵਾਰੀ ਪੈ ਜਾਣ ਫਿਰ ਬਾਅਦ 'ਚ ਨਹੀਂ ਹਟਦੀਆਂ ਹੁੰਦੀਆਂ ਚਲ ਚੱਲ ਇਹ ਤਾਂ ਬੜੀ ਵਧੀਆ ਗੱਲ ਵਾ ਖੁਸ਼ੀ ਵਾਲੀ ਹੈ ਗੱਲ ਕਿ ਚੱਲ ਨੌਕਰੀ ਮਿਲ ਗਈ ਲਵਲੀ ਨੂੰ ਚੱਲ ਰੁਪਿੰਦਰ ਨੂੰ ਵੀ ਨਾਲ ਚੱਲ ਵਧੀਆ ਗੱਲ ਆ ਲਵਲੀ ਨੂੰ ਨੌਕਰੀ ਮਿਲ ਗਈ ਆ ਰੁਪਿੰਦਰ ਵੀ ਨਾਲ ਚੱਲ ਲੈ ਤੁਸੀਂ ਆ ਹੀ ਗਏ ਜੇ ਮੈਂ ਤੁਹਾਨੂੰ ਚੱਲੀ ਵੇਖਣ ਕੀ ਕਰਨ ਡੇ ਉੱਥੇ ਅਟਕ ਐ ਕਰਦੇ ਆਉਂਦੇ ਆ ਕਿਦਾਂ ਕਿਦਾਂ ਮੈਂ ਨਹੀਂ ਕਿਦਾਂ ਮੈਨੂੰ ਇਹੀ ਚੱਲ ਠੀਕ ਆ ਚੰਗਾ ਪੁੱਤ ਤੇਰੇ ਡੈਡੀ ਨੂੰ ਦੱਸਦੀ ਆ ਮੈਂ ਵੇਖ ਨਾਲ ਕੀ ਕਰਨ ਜਾਣਾ ਵਾ ਜੇ ਅਸੀਂ ਇਹ ਗੱਲ ਕਵਾਂਗੇ ਉਹਦਾ ਜੇਠ ਜਠਾਣੀ ਕੀ